दूजा पार्ट अपना वीडियो का अपने पिछे रोगी सी वीडियो अपना मे भी शायद करनी पवे मिडल दे विच इन्हां दा स्टेशन जिहा बनाया है ना इत्थे ते मैनूं लगदा थोड़ियां स्लो हुंदियां ने ते इन्हां ने इत्थे उतरना हुंदा वी जे किते ने इत्थे जस्ट इत्थे स्कीइंग जां घुम्मणा फिरना राइट आ एरिया दे विच फिर उन्होंने स्टेशन बनाया वा इत्थे अद्ध दे विच इत्थे तुसीं उतर सकदे हो थल्ले जे ब्रेक लैणी आ उहदा इत्थे तुसीं मे वी वॉक कर सकदे हो जां साइकलिंग वाले आ जिहड़े वॉक करदे आ स्कीइंग करदे आ ते हाइकिंग करदे आ ਪਹਾੜਾਂ ਤੇ ਤੁਰ ਕੇ ਜਾਂਦੇ ਆ ਉਹਨਾਂ ਦੇ ਲਈ ਬਣਾ ਸਟੇਸ਼ਨ ਆ ਸੈਂਟਰ ਜ਼ਿਲ੍ਹੇ ਵਿੱਚ ਆ ਉੱਧਰ ਥੱਲੇ ਆ ਰਹੇ ਆ ਦੂਜੇ ਪਾਸੇ ਖੁੱਲ ਜਾਂਦਾ ਗੇਟ ਇੱਦਾਂ ਆਪਦੇ ਆਪ ਆਟੋਮੈਟਿਕ ਜੇ ਇੱਥੇ ਉਤਰਨਾ ਤੁਸੀਂ ਜਦੋਂ ਆਪਾਂ ਉੱਥੇ ਪਿੰਡ ਦੇ ਜਾਈਏ ਆਟੋਮੈਟਿਕ ਫਿਰ ਬੰਦ ਹੋ ਜਾਣਾ ਲਓ ਵੀ ਰੈਡੀ ਹੋਈ ਉਹ ਤੋਂ ਬਾਅਦ ਦੂਜੀ ਉਡਾਨ ਨੂੰ ਫਿਰ ਸਪਨ ਕਰ अपनी उड़ान दे ले तैयार हो जाओ सवारियां सारियां गेट हो गया बंद एयर कनेडा जान लगी है थल्ले फिर दोबारा ਅਸਮਾਨ ਚ ਹੋ ਜਾਂਦਾ ਇੱਕ ਵਾਰੀ ਬਹੁਤ ਸੋਹਣਾ ਹਰੇ ਹਰੇ ਦਰਖਤ ਵਿਊ ਬਹੁਤ ਸੋਹਣਾ ਦੇਖੋ ਇਹ ਲੱਗਦਾ ਜਿਵੇਂ ਕਿਸੇ ਹੋਰ ਉਪਗ੍ਰਹਿ ਤੋਂ ਆਇਆ ਉਹਨੇ ਤੇ ਥੱਲੇ ਧਰਤੀ ਤੇ ਚੱਲੇ ਉਹਨੇ ਬਹੁਤ ਨਜ਼ਾਰਾ ਵੀ I know, last time we did. I don't want to do it now.
ਕਿੰਨੀ ਹਰੇ ਬਾਈ ਆ ਹਨਾ ਟ੍ਰੀ ਕਿੰਨੇ ਵਧੀਆ ਲੱਗਦੇ ਫਿਰ ਆਵਾਂਗੇ ਮੁੜ ਕੇ ਆਪਾਂ ਇੱਥੇ ਕਦੇ ਜਦੋਂ ਫੈਮਿਲੀ ਨਾਲ ਹਸਬੈਂਡ ਆਇਆ ਇੰਡੀਆ ਤੋਂ ਆਊਗਾ ਉਹਨੂੰ ਆ ਜਾਣਾ ਵੀਜ਼ਾ ਮਿਲ ਜਾਣਾ ਉਹਨੂੰ ਦੋ ਮਹੀਨਿਆਂ ਤੱਕ ਫਿਰ ਅਸੀਂ ਆਵਾਂਗੇ ਸਾਰੇ ਬੈਕ ਇੱਥੇ ਘੁੰਮਣ ਫਿਰਨ ਫਿਰ ਦੁਬਾਰਾ ਉਹ ਵੀ ਦੇਖੂਗਾ ਸਾਨੂੰ ਬਲੌਗ ਦੇ ਵਿੱਚ ਬਾਏ ਕਹਿੰਦੇ ਹਾਂ ਸਾਰੇ ਜਾਣੇ ਨੂੰ ਆ ਜਾ ਵੀ ਮੁੰਡਿਆ ਛੇਤੀ ਛੇਤੀ ਉਡੀਕਦੇ ਹਾਂ ਤੈਨੂੰ ਫਿਰ ਇਕੱਠੇ ਆਵਾਂਗੇ ਸਾਰੇ ਨਜ਼ਾਰੇ ਲਾਵਾਂਗੇ ਆਪਣਾ ਚੱਲਿਆ ਥੱਲੇ ਵਿਲੇਜ ਵਿਸਲਰ ਜਿੱਥੋਂ ਆਪਾਂ ਫਸਟ ਟਾਈਮ ਗੱਡੀ ਪਾਰ ਕਰਕੇ ਇੱਥੋਂ ਆ ਰਹੇ ਸੀਗੇ ਆ ਗਏ ਦੂਜੇ ਉਪਗ੍ਰਹਿ ਤੋਂ No, just to play a picture. Hey, McDonald's. We want McDonald's. What's the name of your phone? Here, can you ਆ ਦੂਜੀ ਵੱਲ ਨਾ ਇਹਨਾਂ ਇੱਧਰ ਨੂੰ ਮਤਲਬ ਉਹ ਡਿਫਰੈਂਟ ਪਹਾੜ ਤੇ ਜਾਂਦੀ ਹੈ ਇਹ ਇਹਨਾਂ ਨੇ ਬੰਦ ਕਰੀ ਹੋਈ ਆ ਰਹੇ ਜਿਸ ਤਰ੍ਹਾਂ ਹਰੇ ਜੇ ਕਵਰਾਂ ਨਾਲ ਇਹਨਾਂ ਨੇ ਕਵਰ ਕਰੇ ਪਏ ਆ ਇਹ ਵੀ ਵੈਦਰ ਖਰਾਬ ਨਾ ਹੋਣ ਇਹ ਡਿਫਰੈਂਟ ਇੱਧਰ ਹੋਰ ਕਿਤੇ ਜਾਂਦੇ ਆ ਹਾਈਕਿੰਗ ਵਾਲੇ ਨੇ ਵੀ ਇਹਨਾਂ ਨੇ ਟ੍ਰੇਲ ਇਹ ਬੰਦ ਕੀਤੀ ਹੋਈ ਆ ਇਹ ਇੱਧਰੋਂ ਆਉਂਦੀ ਆ ਉਹ ਜਿਹੜਾ ਗਰਾਊਂਡ ਨਹੀਂ ਦੇਖਦਾ ਹੈਗਾ ਥੱਲੇ ਉੱਧਰੋਂ ਆਪਣਾ ਸਟੇਸ਼ਨ ਆਉਣ ਵਾਲਾ ਵਾ ਬਸ ਉਹ ਆ ਚੱਲਿਆ ਥੱਲੇ ਦਿਖਦਾ ਹੋਣਾ ਦੂਰ ਹੋਟਲ ਬਣਿਆ ਹੋਇਆ ਸੀ ਇੱਦਾਂ ਪਹਾੜਾਂ ਦੀ ਗੋਦ ਵਿੱਚ ਆਇਆ ਵਿਸਲਰ ਟਾਊਨ ਹਾਈਵੇ 1 'ਤੇ ਜਿਹੜਾ ਵੈਨਕੂਵਰ ਤੋਂ ਇੱਧਰ ਆਉਂਦਾ ਵਾ ਨੌਰਥ ਵੱਲ ਨੂੰ ਥੱਲੇ ਨੂੰ ਇਟਸ ਲਾਈਕ ਅ ਪਲੇਨ ਦੀ ਫੀਲਿੰਗ ਆਉਂਦੀ ਆ ਸੇਮ ਹੈ ਨਾ ਉਵੇਂ ਹੌਲੀ ਤੇਜ ਹੁੰਦਾ ਹਵਾ ਦੇ ਕੰਨ ਬੰਦ ਹੋ ਜਾਂਦੇ ਆ ਹੁਣ ਆਪਾਂ ਹਾਈਟ ਤੇ ਚਲੇ ਜਾਂਦੇ ਆ ਸੀਟ ਘਟ ਜਾਂਦੀ ਹੈ ਬਣਾਉਣ ਲੱਗਾ ਏਅਰਪੋਰਟ ਏਅਰਪੋਰਟ ਆਉਣ ਆ ਰਿਹਾ ਵਿਮਾਨ ਥੱਲੇ ਨੀਚੇ ਉਤਰਨੇ ਵਾਲਾ ਹੈ ਵਿਸਲਰ ਵੇਲੇ ਜਿਵੇਂ ਸਵਾਰੀਆਂ ਨੂੰ ਬੇਨਤੀ ਆ ਵੀ ਆਪਦੀਆਂ ਆਪਦੀਆਂ ਸੀਟ ਬੈਲਟਾਂ ਮੰਨ ਲੈਣ ਉਹੀ ਪਲਾਂ ਦੇ ਵਿੱਚ ਵਿੱਚ ਫਲਾਈਟ ਲੈਂਡ ਕਰਨ ਵਾਲੀ ਆ ਵਿਸਲਰ ਵਿਲੇਜ ਦੇ ਵਿੱਚ ਸੀਟ ਬੈਲਟ ਉਹ ਦੇਖੋ ਜਿਹੜੇ ਆਪਣਾ ਦਿਖਾਏ ਸੀ ਨਾ ਤੁਹਾਨੂੰ ਆਪਣਾ ਜਿਹੜੇ ਬੰਦ ਪਈ ਆ ਟ੍ਰੇਲ ਉਹ ਦੇਖੋ ਉਹਦੇ ਦੂਜੇ ਸਕੀਡੋ ਖੜੇ ਆ ਉੱਥੇ ਜਿਹੜੇ ਆਈਸ 'ਤੇ ਨਹੀਂ ਭਜਾਉਂਦੇ ਹੈਗੇ ਗੇਮਾਂ ਵਾਲੇ ਉਹ ਮੈਨੂੰ ਲੱਗਦਾ ਵਿੰਟਰ ਦੇ ਵਿੱਚ ਹੁਣ ਜਦੋਂ ਸਨੋਅ ਪਊਗੀ ਉਦੋਂ ਸ਼ੁਰੂ ਕਰਨਗੇ ਫਿਰ ਉਹ ਸਕੀਡੋ ਵਗੈਰਾ ਮੈਨੂੰ ਲੱਗਦਾ ਉਹ ਲੈ ਕੇ ਜਾਂਦੇ ਆ ਉੱਪਰ ਉਹਨਾਂ ਦੇ ਵਿੱਚ ਰੱਖ ਕੇ ਉੱਪਰ ਅਤੇ ਫਿਰ ਜਿਹੜੇ ਆਈਸ 'ਤੇ ਗੇਮਾਂ ਕਰਦੇ ਆ ਬਾਈ ਉਹ ਫਿਰ ਉੱਥੇ
ਜਾਣਗੇ ਤੇ ਉੱਪਰ ਮਾਊਂਟੇਨ ਤੇ ਹਾਈ ਤੇ ਫਿਰ ਉੱਥੋਂ ਆ ਦੇਖੋ ਪੂਲ ਦੇਖੋ ਕਿਆ ਨਜ਼ਾਰਾ ਪੂਲ ਦੇਖਿਆ ਬਲੂ ਬਲੂ ਪਾਣੀ ਆ ਇੱਥੇ ਨਹਾ ਸਕਦੇ ਆ ਉੱਥੇ ਲੋਕ ਮੈਨੂੰ ਲੱਗਦਾ ਜਿਨ੍ਹਾਂ ਨੇ ਵਾਰਸ ਦੇ ਲੜਾ ਸੱਟ ਵੱਜ ਗਈ ਹੁਣ ਹੋਈ ਜਾਂਦਾ ਉਦੋਂ ਟੈਕਦਾ ਨਹੀਂ ਹੈਗਾ $80 ਲਾਏ ਪੂਰੇ ਬੰਦੇ ਨੂੰ ਨਜ਼ਾਰੇ ਆਉਂਦੇ ਜ਼ਿੰਦਗੀ ਦੇ ਲੱਗਦਾ ਦੂਜੀ ਦੁਨੀਆ ਦੀ ਚਲੇ ਗਏ रेडी हो जाओ पांच चार तीन चार मिनट दे विच अपना फ्लाइट लैंड करना है हां जी असि रेडी है पूरे ਸਲੋ ਹੋ ਗਿਆ ਇੱਥੇ ਆ ਕੇ ਥੱਲੇ ਬਹੁਤ ਸੋਹਣਾ ਟ੍ਰਿਪ ਸੀਗਾ ਨਜ਼ਾਰਾ ਉੱਥੇ ਆਇਆ ਹਜੇ ਤੱਕ ਕਰੋਨੇ ਕਰਕੇ ਨਾ ਥੋੜ੍ਹਾ ਜਿਹਾ ਬੰਦ ਆ ਦੈਟਸ ਵਾਈ ਅਰਾਊਂਡ ਦੀ ਪਹਿਲ ਪਹਿਲ ਘੱਟ ਆ ਰੈਸਟੋਰੈਂਟ ਵਗੈਰਾ ਬੰਦ ਨੇ ਨਹੀਂ ਤਾਂ ਬਹੁਤ ਫਨ ਹੋਵੇ ਇੱਥੇ ਨਾ ਸਨੋਅ ਪੈਂਦੀ ਆ ਉਦੋਂ ਜਦੋਂ ਵਿੰਟਰ ਦੇ ਵਿੱਚ ਆਉਂਦੇ ਆ ਲੋਕ ਸਨੋਅ ਦੇਖਣ ਕਦੋਂ ਤਾਂ ਸਰੀ ਸਨੋਅ ਘੱਟ ਪੈਂਦੀ ਆ ਵੰਸ ਪੈਂਦੀ ਆ ਸੀਜ਼ਨ ਦੇ ਵਿੱਚ ਬਟ ਇੱਥੇ ਆਲ ਦਾ ਟਾਈਮ ਵਿੰਟਰ ਉੱਧਰ ਅਲਬਰਟਾ ਹੋ ਰਹੀ ਆ ਸਨੋਅ ਪੈਂਦੀ ਆ ਇੱਥੇ ਲੋਕ ਸਨੋਅ ਦੇਖਣ ਆਉਂਦੇ ਆ ਪਲੇਅ ਕਰਨ ਆਉਂਦੇ ਜਿਵੇਂ ਕ੍ਰਿਸਮਸ ਵਗੈਰਾ ਆਉਂਦੀ ਆ ਉਦੋਂ ਸਾਰੇ ਇੰਜੋਏ ਕਰਨ ਆਉਂਦੇ ਆ ਕ੍ਰਿਸਮਸ ਵੈਕੇਸ਼ਨ ਹੋਲੀਡੇਜ਼ ਦੇ ਪੂਰੇ ਦਿਨ ਤਿਉਹਾਰ ਆਪਣੇ ਪੰਜਾਬੀ ਸਾਰੇ ਜਿੰਨੇ ਆਉਂਦੇ ਆ ਵਿਜਿਟ ਕਰਨ ਆਉਂਦੇ ਆ ਇਹ ਮੇਨ ਸਪੋਟ ਆ ਵਿਸਲਰ ਇੱਧਰ ਲਾਈਕ ਕਰਦੇ ਸਾਰੇ ਆਉਣਾ ਜਿਵੇਂ ਆਪਣੇ ਉੱਧਰ ਅਲਬਰਟਾ ਜਿਹਾ ਆਫਾ ਉੱਦਾਂ ਸਲਾਈਕਾ ਜਿਵੇਂ ਆਪਾਂ ਇੰਡੀਆ ਕਹਿ ਦਈਏ ਵੀ ਜਿਵੇਂ ਸ਼ਿਮਲੇ ਕੁੱਲੂ ਮਨਾਲੀ ਵਗੈਰਾ ਜਾਂਦੇ ਆ ਉੱਦਾਂ ਦਾ ਇੱਥੇ ਉੱਧਰ ਅਲਬਰਟਾ ਜਿਹਾ ਬੈਂਫ ਆ ਅਤੇ ਇੱਧਰ ਆਪਾਂ ਵਿਸਲਰ ਮੇਨ ਜਿਹੜੇ ਵੈਨਕੂਵਰ ਜਾਂਦੇ ਉੱਧਰ ਵਿਸਲਰ ਆਉਂਦੇ ਆ ਯਾਨੀ 100 ਕਿਲੋਮੀਟਰ ਆ ਸੇਮ ਲਾਈਕ ਸ਼ਿਮਲਾ ਜਿਵੇਂ ਆਪਾਂ ਚੰਡੀਗੜ੍ਹ ਹੋ ਜਾਂਦੇ ਹਾਂ ਤੇ ਬਸ ਆਪਾਂ ਹੁਣ ਪਹੁੰਚਣ ਵਾਲੇ ਹਾਂ ਲਓ ਜੀ ਆਪਣਾ ਸਪੋਟ ਆ ਗਿਆ ਅਤੇ ਰਾਈਡ ਕਰੇ ਇੰਜੋਏ ਸਾਰੇ ਜਾਣੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਆਪਾਂ ਫਿਰ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਸੇਵਾ ਰਸ ਬਾਏ ਟੂ ਐਵਰੀਵਨ ਬਾਏ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ